ਅੰਦੀਪ ਹਾਂਜੀ ਉੱਠ ਯਾਰ ਰੋਟੀ ਦੇ ਭੁੱਖ ਲੱਗੀ ਆ ਚਲੋ ਮੈਂ ਆਈ ਰੋਟੀ ਕਾਦੀ ਬਣਾਵਾਂ ਰਾਸ਼ਨ ਤੇ ਸਾਰਾ ਖਤਮ ਹੋਇਆ ਮੈਂ ਤਾਂ ਤੁਹਾਨੂੰ ਕੱਲ ਦੀ ਕਹਿਣ ਲਈ ਵੀ ਲੈ ਆਓ ਆ ਵੇਖੋ ਆਟਾ ਵੀ ਨਹੀਂ ਹੈਗਾ ਚੌਲ ਚੌਲ ਕਿੱਥੋਂ ਆਣੇ ਆ ਜਿਹੜੇ ਹੈਗੇ 2-3 ਕਿਲੋ ਖਾਦੇ ਗਏ ਆ ਕਦੋਂ ਆ ਤੇ ਤੁਸੀਂ ਰਾਸ਼ਨ ਲਿਆਂਦਾ ਸੀ ਮੈਂ ਹੁਣ ਕਰਾਂ ਕੀ ਆ ਲੋਕਡਾਊਨ ਕਰਕੇ ਬਾਹਰ ਜਾਇਆ ਨਹੀਂ ਜਾਂਦਾ ਆ ਅੱਗੇ ਮੈਂ ਬਾਹਰ ਗਿਆ ਸੀ ਤਾਂ ਮੁੰਡੇ ਉਹ ਵੈ ਇੱਥੇ ਡੇ ਬਹਿ ਕੇ ਵੇਖਣ ਉਹ ਕਹਿੰਦੇ ਰੁਕ ਗਿਆ ਉਹ ਕੀ ਆਂਦੇ ਉਹਨੂੰ ਉਹ ਨੈੱਟ ਉਹਦੇ ਉੱਤੇ ਵੀਡੀਓ ਪੈਂਦੀਆਂ ਲੋਕਾਂ ਦੀਆਂ ਚੱਲ ਹੁਣ ਭੁੱਖੇ ਥੋੜੀ ਮਰਨਾ ਵਾ ਜਾਓ ਹੁਣ ਜਾ ਕੇ ਆ ਦੋ ਡੰਗ ਤੇ ਸਾਰੀਏ ਲੈ ਕੇ ਆਓ ਕੁਛ ਕੁਝ ਮੈਨੂੰ ਬਾਹਰ ਜਾਣ ਦੇਣ ਫਿਰ ਦੋ ਡੰਗ ਕੀ ਫਿਰ ਤੇ ਜ਼ਿਆਦਾ ਵੀ ਲੈ ਆਵਾਂ ਤੇ ਫੇਰ ਅੱਜ ਖਾਣਾ ਕੀ ਘਰੇ ਤੇ ਆਲੂ ਹੀ ਆ ਦੋ ਕ ਆਲੂ ਉਬਾਲ ਲਾ ਲੂਣ ਦੇ ਨਾਲ ਖਾ ਲਾਂਗੇ ਚਲੋ ਫਿਰ ਠੀਕ ਆ ਆ ਉਬਾਲ ਲਾ ਆਲੂ ਫਿਰ जनाब ओदा हाल वेख लो दुनिया का हटते नहीं आनो लै भी जिन्ना मर्जी मना कर लो इन्हों कोई ना कोई बहाना ला के आई जाते सही गल मैं ना काम करिए एक हूँ हाँ जी जेडे अपने दिते सरकार ने ऑर्डर फिर करिए जारी फिर आप भी करना ही पैना मैनू तो आप नहीं नत्थ पैनी इन्हों इदा तो कोई ना कोई आई जान डे मूँह चुके तो सही गल है यार कोई नहीं आ लेंदे कोई समझाने चंगी तरह फिर ये नहीं पता कि अं भले वास्ते तो खलोते इन्होंने ਅਸੀਂ ਘਰੋਂ ਬਾਹਰ ਨਿਕਲ ਕੇ ਇਹਨਾਂ ਦੀ ਸੇਵਾ ਕਰਦੇ ਆ ਇਹ ਘਰ ਨਹੀਂ ਟੇਕੇ ਬਹਿ ਸਕਦੇ ਇਹ ਨਹੀਂ ਬਹਿਣ ਦੇ ਘਰਾਂ ਦੇ ਆ ਲੈਂਦੇ ਯਾਰ ਕਾਂ ਆ ਕੀ ਆ ਲੈਂਦੇ ਕੋਈ ਫਿਰ ਕਰ ਲੈਨੇ ਇਲਾਜ ਰੋਕ
ਲਿਆ ਪਾਸ ਵਿਖਾਓ ਪਾਸ ਆਹ ਜਨਾਬ ਉਹ ਇੱਕ ਹੋਰ ਤੁਰਿਆ ਆਉਂਦਾ ਸਾਹਿਬ ਰੋਕ ਰੋਕ ਉਹਨੂੰ ਹਾਂਜੀ ਖਿਲਾਰੋ ਇੱਥੇ ਹਾਂਜੀ ਜਨਾਬ ਕਰ ਦਿੰਦੇ ਗੱਲ ਤੇ ਨਾ ਹੌਸਲਾ ਨਹੀਂ ਹੈਗਾ ਤੈਨੂੰ ਇੱਕ ਬੰਨੇ ਕਰਨ ਦੇਣਾ ਕੰਮ ਚੱਲੇ ਕਿੱਥੇ ਜੇ ਬਾਜ਼ਾਰ ਚੱਲੇ ਸਾਹਿਬ ਪਾਸ ਹੁੰਦਾ ਜ਼ਰੂਰੀ ਕੰਮਾਂ ਨੂੰ ਹਾਂਜੀ ਵਾਰਾ ਕਰਦੀ ਗਾ ਇੱਥੇ ਰੁਕੋ ਦੋ ਮਿੰਟ ਹਾਂ ਵੀ ਤੂੰ ਦੱਸ ਹੁਣ ਕਿੱਥੇ ਚੱਲਿਆ ਪਾਸ ਦੇ ਦਿਓ ਜਨਾਬ ਹੌਸਲਾ ਹੈ ਕਿ ਨਹੀਂ ਹੈ ਦੇ ਦਿੰਦੇ ਹਾਂ ਤੂੰ ਦੱਸ ਬਈ ਮੈਂ ਉਹ ਕਰਿਆਨੇ ਦੀ ਦੁਕਾਨ ਤੇ ਚੱਲਿਆ ਜੀ ਤੈਨੂੰ ਨਹੀਂ ਪਤਾ ਲੋਕਡਾਊਨ ਆ ਜਨਾਬ ਤੁਹਾਨੂੰ ਸਮਝ ਕਿਉਂ ਨਹੀਂ ਲੱਗਦੀ ਤੁਹਾਨੂੰ ਜਨਾਬ ਰਾਸ਼ਨ ਚਲੋ ਨਿਕਲੋ ਤੁਸੀਂ ਖਤਮ ਹੋ ਗਿਆ ਸੀ ਨਿਕਲੋ ਨਹੀਂ ਤਾਂ ਦੋ ਦੋ ਨਿਕਲ ਜਾਓ ਪਾਸ ਹੈਗਾ ਤੇਰੇ ਕੋਲ ਨਹੀਂ ਜਨਾਬ ਪਾਸ ਤੇ ਨਹੀਂ ਹੈਗਾ ਮੇਰੇ ਕੋਲ ਤੇ ਫੇਰ ਪਾਸ ਤੋਂ ਬਿਨਾ ਤੇ ਫੇਰ ਅਸੀਂ ਲੰਘ ਨਹੀਂ ਦਿੰਦੇ ਸਾਹਿਬ ਇਦਾਂ ਤੇ ਜਨਾਬ ਨਾ ਸਾਡੇ ਘਰੋਂ ਜੀ ਰਾਸ਼ਨ ਖਤਮ ਹੋ ਗਿਆ ਮੈਂ ਤੇ ਇਹ ਕਰਕੇ ਤੇਰੇ ਵਰਗੇ 20 ਹੁੰਦੇ ਇੱਥੇ ਇਦਾਂ ਬਾਨੇ ਲਾਉਂਦੇ ਆ ਨਹੀਂ ਜਨਾਬ ਬਹਾਨਾ ਨਹੀਂ ਮੈਂ ਲਾਉਣ ਦਿਆ ਜੀ ਜਨਾਬ ਮੇਰੇ ਘਰ ਆਣ ਕੇ ਵੇਖ ਲਓ ਭਾਵੇਂ ਸਾਨੂੰ ਕੋਈ ਲੋੜ ਨਹੀਂ ਕਰਨ ਦੀ ਨਹੀਂ ਲੰਘ ਨਹੀਂ ਦੇਣਾ ਬਸ ਇਥੋਂ ਸਖਤ ਆਰਡਰ ਹੋਏ ਆ ਜਨਾਬ ਜਦੋਂ ਦਾ ਲੋਕਡਾਊਨ ਹੋਇਆ ਨਾ ਅਸੀਂ ਇੱਕ ਵਾਰੀ ਨਹੀਂ ਘਰੋਂ ਨਿਕਲੇ ਤੈਨੂੰ ਸੌਂਦਾ ਇੱਕ ਵਾਰੀ ਕਿ ਨਹੀਂ ਸੌਂਦਾ ਫਾਰਸੀ ਨਹੀਂ ਬੋਲਣੇ ਦੋ ਜਣੇ ਇੱਥੇ ਜਨਾਬ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਹਾਂ ਦੱਸ ਜਨਾਬ 8 ਦਿਨ ਹੋ ਗਏ ਆ ਰਾਸ਼ਨ ਖਤਮ ਹੋਏ ਨੂੰ ਕੁਛ ਨਹੀਂ ਖਾਦਾ ਪਹਿਲੇ ਚਾਰ ਪੰਜ ਦਿਨ ਇਹ ਸਭ ਬਹਾਨੇ ਤੇਰੇ ਸਿੱਧੀ ਗੱਲ ਦੱਸਾਂ ਤੈਨੂੰ ਮੈਂ ਜਨਾਬ ਬਹਾਨੇ ਨਹੀਂ ਆ ਅਸੀਂ ਸ਼ਦਾਈ ਨਹੀਂ ਖਲੋਤੇ ਇੱਥੇ ਉਹ ਸਾਈਕਲ ਲਾ ਇਧਰ ਉਧਰ ਚੱਲ ਤੂੰ ਚੱਲ ਉਧਰ ਫੜ ਵਿੱਕੀ ਫੜ ਇਹਨੂੰ ਇੱਥੇ ਲਾ ਸਾਈਕਲ ਚੱਲ ਉੱਥੇ ਲਾ ਸਾਈਕਲ ਮਿੰਟ ਲਾ ਮਿੰਟ ਇੰਨਾ ਟਾਈਮ ਲਾਉਂਦਾ ਇੱਥੇ ਲਾ ਕੇ ਇਧਰ ਆ ਜਾ ਬੰਦਿਆਂ ਨੂੰ ਯਾਰ ਵੀਡੀਓ ਬਣਾਈਏ ਕੁੱਟ ਫੇਰਨ ਲੱਗੀ ਹੈ ਵੀਡੀਓ ਬਣਾਈਏ ਉਹ ਕੋਹ ਨਹੀਂ ਆਂਦੇ ਖਲਾਰ ਤੂੰ ਸਾਈਡ ਤੇ ਲਾ ਚੋਰੀ ਚੋਰੀ ਬਣਾ ਲੈਂਦੇ ਆਹ ਵਾਇਰਲ ਹੁੰਦੀ ਹੈ ਆਹੋ ਆਹੋ ਉੱਤਰ ਜਾ ਵੇਖ ਲਾ ਤੂੰ ਫੋਨ ਕੱਢ ਕੇ ਬਣਾ ਲੈ ਉਹ ਚੱਲ ਆ ਜਾ ਇੱਧਰ ਤੇਰੇ ਮੂੰਹ ਵਾਲ ਨਹੀਂ ਵੇਖਣਾ ਦੱਸੀਏ ਤੈਨੂੰ ਕਿੱਦਾਂ ਨਿਕਲੀ ਦਾ ਲੋਕਡਾਊਨ ਚੋਂ ਬਾਹਰ ਜਨਾਬ ਮੈਂ ਜਨਾਬ ਦੀ ਗੱਲ ਸੁਣ ਜੋ ਕਹਿੰਦੇ ਉਦਾਂ ਕਰ ਬੰਦੇ ਵਾਂਗੂ ਹਾਂਜੀ ਜਨਾਬ ਕੀ ਕਰਨਾ ਇਹਦਾ ਕਰਨਾ ਕੀ ਆ ਡਾਂਗ ਫੇਰ ਇਹਨੂੰ ਇੱਧਰ ਲੱਗਦਾ ਇਦਾਂ ਨਹੀਂ ਹਟਦਾ ਇਹਨਾਂ ਨੇ ਇੱਧਰ ਲੱਗ ਤੈਨੂੰ ਦੱਸੀਏ ਕਿੱਦਾਂ ਨਿਕਲੀ ਦਾ ਲੋਕਡਾਊਨ ਚੋਂ ਤੈਨੂੰ ਨਹੀਂ ਪਤਾ ਵੀ ਲੋਕਡਾਊਨ ਲੱਗਾ ਵਾ ਸਾਰੀ ਦੁਨੀਆ ਅੰਦਰ ਵੜ ਕੇ ਬੈਠੀ ਤੁਸੀਂ ਫੇਰ ਤਮਾਸ਼ ਬਣਾ ਕੇ ਕੀਤਾ ਵਾ ਜਨਾਬ ਮੇਰੀ ਮਜਬੂਰੀ ਆ ਜੀ ਮੈਂ 100 ਬਹਾਨੇ ਲਾ ਕੇ ਨਿਕਲ ਆਉਂਦੇ ਜੇ ਪਾ ਲਵੇਂ ਇੱਥੇ ਫੇਰ ਡੰਗ ਦੇ ਨਾਲ ਲੱਗ ਤੈਨੂੰ ਨਾਲ ਨਹੀਂ ਲੱਗਣਾ ਹੁੰਦਾ ਤੈਨੂੰ ਜਨਾਬ 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 ਮਾਰ ਮਾਰ चल जान दो साहब जी ਜਨਾਬ ਤੁਹਾਨੂੰ ਨਹੀਂ ਲੱਗਦਾ ਅਸੀਂ ਨਜਾਇਜ਼ ਕੀਤੀ ਵੈਸੇ ਬੰਦੇ ਨਾਲ ਮੈਨੂੰ ਲੱਗਦਾ ਸੱਚ ਡਿਆ ਸੀ ਬੋਲਣ ਬੰਦਾ ਉਹ ਮੈਨੂੰ ਵੀ ਪਤਾ ਸੱਚ ਬੋਲਣ ਡਿਆ ਤੈਨੂੰ ਕੀ ਲੱਗਦਾ ਜਿਹੜੇ ਜਿਹੜੇ ਪਾਸ ਵਿਖਾ ਕੇ ਗਏ ਆ ਉਹ ਸੱਚੇ ਬੰਦੇ ਆ ਇੱਕ ਨੰਬਰ ਦੇ ਝੂਠੇ ਆ ਦੋ ਦੋ ਨੰਬਰ ਦੇ ਪਾਸ ਫੜਾ ਕੇ ਤਾਂ ਮੰਡੀਰ ਫਿਰਦੀ ਰਹਿੰਦੀ ਆ
ਇਹਨਾਂ ਕਰਕੇ ਤੇ ਆ ਗਰੀਬ ਕੁੱਟੇ ਜਾਂਦੇ ਆ, ਨਾਲ ਸਾਡੇ ਕਿਹੜਾ ਜੀ ਕਰਦਾ ਯਾਰ ਕੁੱਟਣ ਨੂੰ। ਗੱਲ ਤਾਂ ਵਾਕਿਆ ਤੁਹਾਡੀ ਠੀਕ ਆ, ਹੱਥ ਬੱਝੇ ਸਰਕਾਰ ਉਮਰੇ ਭਰਾ ਕੀ ਕਰਨਾ ਪੈਣਾ ਹੁਣ। ਇਹ ਤਾਂ ਹੈ ਹੀ ਆ, ਚਲੋ ਦੋ ਪ੍ਰੋ ਆਰਡਰ ਆ ਗਏ ਉਹ ਕਰਨੇ ਪੈਣੇ। ਸਰਕਾਰ ਨੇ ਕਿਹਾ ਵਾ ਕਿ ਪਾਸ ਵਾਲੇ ਲੰਘਣ ਦੇਣੇ, ਬਿਨਾਂ ਪਾਸ ਵਾਲੇ ਸਖ਼ਤ ਮਣਾ ਵੀ ਨਹੀਂ ਲੰਘਣ ਦੇਣੇ, ਜੋ ਮਰਜ਼ੀ ਹੋ ਜੇ ਭਾਵੇਂ ਡਾਂਗ ਹੀ ਫੇਰਨੀ ਪਵੇ। ਆ ਜੇ ਅਸੀਂ ਨਾ ਸਖ਼ਤੀ ਵਰਤੀ ਤਾਂ ਸਾਡੇ 'ਤੇ ਨਾ ਸਖ਼ਤੀ ਹੋ ਜੇ, ਗੱਲ ਤਾਂ ਇਹੋ ਹੀ ਆ। ਇਹੋ ਤਾਂ ਗੱਲ ਹੈ ਨਾ ਮੇਨ, ਹੁਣ ਇਹਨਾਂ ਕਰਕੇ ਤਾਂ ਅਸੀਂ ਬਾਹਰ ਫਿਰਨ ਡੇ ਹਾਂ। ਚਲੋ ਹੈ ਤਾਂ ਸੇਫਟੀ ਵਾਸਤੇ ਨਾਕਾ ਲਾਇਆ ਅਸੀਂ, ਕਿਹੜਾ ਵੀ ਕਿਸੇ ਨੂੰ ਹੁਣ ਨਜਾਇਜ਼ ਤੰਗ ਕਰਦੇ ਹਾਂ। ਚੱਲ ਬਹਿ ਜਾ ਘੜੀ, ਕਰਨਾ ਕੀ ਆ ਹੋਰ। ਬੜੀ ਡਾਂਗ ਫੇਰਨ ਡੇ ਪੁਲਿਸ ਵਾਲੇ ਓਏ। ਓਹੀ ਓਹੀ ਆ ਫਿਰ। ਆਪਣੀ ਮਜਬੂਰੀ ਦੱਸਣੀ ਸੀ ਨਾ। ਕਿੱਥੇ ਸੁਣਦਾ ਗਰੀਬ ਦੀ, ਕੋਈ ਗਰੀਬ ਦੀ ਕੌਣ ਮਜਬੂਰੀ ਸੁਣਦਾ। ਹੁਣ ਕੁਛ ਖਾਣ ਨੂੰ ਤੇ ਚਾਹੀਦਾ ਹੀ ਆ ਨਾ, ਹੁਣ ਬੰਦਾ ਘਰੇ ਬਹਿ ਕੇ ਭੁੱਖਾ ਮਰ ਜੇ। ਕੋਈ ਨਹੀਂ, ਇਹ ਗੱਲ ਨੂੰ ਸਮਝਦਾ, ਪਾਸ ਮੰਗਦਾ ਹੀ ਆ। ਹੁਣ ਪਾਸ ਮੈਂ ਕਿੱਥੋਂ ਬਣਵਾਵਾਂ, ਸਾਡਾ ਗਰੀਬਾਂ ਦਾ ਕਿੰਨੇ ਪਾਸ ਬਣਾ ਕੇ ਦੇਣਾ। ਸਾਡਾ ਤਾਂ ਜਿਹੜਾ ਰਾਸ਼ਨ ਦਾ ਵੀ ਕਾਰਡ ਬਣਾਇਆ ਉਹ ਹੀ ਸਰਪੰਚ ਨੇ ਕਟਵਾਤਾ, ਉਸੇ ਸਰਪੰਚ ਨੇ ਮੈਨੂੰ ਪਾਸ ਬਣਾ ਕੇ ਦੇਣਾ ਹੈ। ਤਾਂ ਨਹੀਂ ਕੁਛ ਮਿਲਿਆ ਤੇ ਹੁਣ ਆ ਜਿਹੜੀ ਭੁੱਖਣ ਪਾਣੀ ਵੱਜੀ ਅਦਲੀ ਤੇ ਲਿਆਓ ਕੁਛ ਵਿਚਾਰੀ ਲਈ, ਇਹਨੂੰ ਤੇ ਪਾਓ ਕੁਛ ਲਿਆ ਕੇ। ਕੀ ਕਰਾਂ ਯਾਰ, ਮੈਂ ਭੁੱਖੇ ਢਿੱਡ, ਮੈਂ ਮੇਰੇ ਕੋਲ ਵੀ ਕਿੱਥੇ ਕੰਮ ਹੁੰਦਾ ਭੁੱਖੇ ਢਿੱਡ। ਚੱਲ ਠੀਕ ਆ, ਤੂੰ ਇਹਨੂੰ ਪਾਣੀ ਢਾਣੀ ਡਾ, ਮੈਂ ਫਿਰ ਪੱਠੇ ਲੈ ਕੇ ਆਵਾਂ। ਕੀ ਹੋਇਆ ਸੰਦੀਪ, ਬੜੀ ਪਰੇਸ਼ਾਨ ਜੀ ਲੱਗਣ ਡੀ ਆ। ਕੀ ਦੱਸਾਂ, ਕਿੰਨੇ ਦਿਨਾਂ ਦਾ ਰਾਸ਼ਨ ਖਤਮ ਹੋਇਆ ਵਾ। ਅੱਛਾ, ਇਹ ਗਏ ਸੀ ਸਵੇਰੇ ਲੈਣ ਰਾਸ਼ਨ, ਪੁਲਿਸ ਵਾਲਿਆਂ ਨੇ ਲੰਘਣ ਨਹੀਂ ਦਿੱਤਾ। ਕੱਲ ਰਾਤੀ ਵੀ ਅਸੀਂ ਆਲੂ ਉਬਾਲ ਕੇ ਲੂਣ ਪਾ ਕੇ ਖਾ ਕੇ ਗੁਜ਼ਾਰਾ ਕੀਤਾ। ਹੁਣ ਦੱਸ ਕਰੀਏ ਕੀ, ਤੇ ਤੁਸੀਂ ਉਧਰ ਆ ਜਾਂਦੇ, ਉੱਥੇ ਸਮਾਨ ਲੈ ਜਾਂਦੇ, ਸਮਾਨ ਬਥੇਰਾ ਸੀ ਘਰੇ। ਭੈਣੇ ਇਹਨਾਂ ਦਿਨਾਂ 'ਚ ਕਿਸੇ ਦੇ ਘਰ ਜਾਣ ਨੂੰ ਦਿਲ ਵੀ ਨਹੀਂ ਕਰਦਾ, ਕੀ ਪਤਾ ਤਾਂ ਹੈਗਾ ਵਾ ਰਾਸ਼ਨ ਸਾਰਿਆਂ ਦਾ ਘਰੋਂ ਘਰੀ ਉਨਾ ਕੁ। ਆਹੋ ਇਹ ਤਾਂ ਗੱਲ ਹੈਗੀ ਆ। ਹਾਂ ਚਲੋ ਕੋਈ ਗੱਲ ਨਹੀਂ, ਮੈਂ ਭੇਜ ਦਿੰਦੀ ਹਾਂ 5-6 ਦਿਨਾਂ ਦਾ, ਬਾਅਦ 'ਚ ਥੋੜ੍ਹੀ ਬਹੁਤੀ ਢਿੱਲ ਮਿਲੂਗੀ ਤੇ ਆਪੇ ਫਿਰ ਜਾ ਕੇ ਲਿਆਇਓ। ਚੱਲ ਮੇਰੀ ਭੈਣ, ਜੇ ਤੇ ਤੇਰੇ ਘਰ ਹੈਗਾ ਤੇ 2 ਡੰਗਾਂ ਵਾਸਤੇ ਦੇ ਛੱਡੀ, ਫਿਰ ਤੈਨੂੰ ਲਿਆ ਕੇ ਮੋੜ ਦੂੰਗੀ। ਚਲੋ ਕੋਈ ਗੱਲ ਨਹੀਂ, ਮੈਂ ਭੇਜ ਦਾਂਗੀ ਵੀ। ਚੰਗਾ ਫਿਰ, ਆਉਂਦੇ ਆ ਤੇ ਇਹਨਾਂ ਨੂੰ ਦੱਸਦੀ ਹਾਂ। ਹਾਂ ਹਾਂ ਕੋਈ ਨਹੀਂ, ਮੈਂ ਭੇਜ ਦਾਂਗੀ। ਠੀਕ ਹੈ, ਚੰਗਾ। ਚੱਲ ਸ਼ੁਕਰ ਹੋਇਆ। ਉਹ ਸੌਦੇ, ਸੌਦਾ ਲੈਣ ਨਹੀਂ ਜਾਣਾ। ਲੈ ਆ ਸੌਦਾ, ਸਵੇਰੇ ਦੱਸ ਕੇ ਜਾਈ, ਇਕੱਠੇ ਜਾਵਾਂਗੇ।
ਸੌਦਾ ਲੈ ਆਇਆ ਸੌਦਾ। ਕਵਲ ਟੈਨਸ਼ਨ ਨਾ ਲਓ, ਪ੍ਰੀਤ ਆਈ ਸੀ ਅਤੇ ਉਹ ਆਉਂਦੀ ਸੀ ਕਿ ਮੇਰੇ ਘਰੋਂ ਰਾਸ਼ਨ ਲੈ ਆਓ ਦੋਵਾਂ ਤਿੰਨਾਂ ਡੰਗਾਂ ਦਾ, ਅਤੇ ਮੈਂ ਜਾਂਦੀ ਹਾਂ ਅਤੇ ਲੈ ਆਉਂਦੀ ਹਾਂ, ਫਿਰ ਬਾਅਦ 'ਚੋਂ ਜਾ ਕੇ ਲੈ ਆਇਓ ਕਿਸੇ ਦਿਨ ਤੁਸੀਂ। ਚੱਲ ਫਿਰ ਮੈਂ ਜਾਂਦੀ ਹਾਂ। ਨਾ ਜਾਈ, ਤੇਰੀ ਵੀਡੀਓ ਬਣ ਜਾਣੀ ਹੋ, ਨਾ ਜਾਈ ਵੀਡੀਓ ਬਣ ਜਾਣੀ ਤੇਰੀ, ਵੀਡੀਓ 9 ਲੱਖ ਜਾਣੇ ਨੇ ਵੇਖਣੀ, ਬਾਹਰ ਨਾ ਜਾਈ। ਸ਼ਦਾਈਆਂ ਵਾਂਗੂ ਹੀ ਕਰਨ ਡੇ ਆ, ਤੂੰ ਬਾਹਰ ਨਾ ਜਾਈ, ਬਸ ਵੀਡੀਓ ਬਣ ਜਾਣੀ ਤੇਰੀ ਵੀਡੀਓ ਬਣ ਜਾਣੀ। ਮੇਰੀ ਗੱਲ ਸੁਣਾ, ਐਵੇਂ ਦਿਮਾਗ 'ਤੇ ਪ੍ਰੈਸ਼ਰ ਨਾ ਪਾਓ, ਬਹੁਤਾ ਕੁਛ ਨਹੀਂ ਹੁੰਦਾ। ਤੂੰ ਬਾਹਰ ਨਹੀਂ ਜਾਣਾ, ਬਸ ਤੂੰ ਬਾਹਰ ਨਹੀਂ ਜਾਣਾ। ਗੇਟ ਤੇ ਹੈ ਹੀ ਨਹੀਂ ਸਾਡਾ, ਕੁਛ ਨਹੀਂ ਆ ਗੇਟ ਤੇ, ਹੈ ਨਹੀਂ। ਇਦਾਂ ਨਾ ਕਰੋ, ਮੈਂ ਜਾਨੀ ਲੈ ਕੇ ਆਉਂਦੀ ਹਾਂ, ਬਣਾਉਣੀ ਕੁਛ ਖਾਣ। ਉੱਥੇ ਨਾ ਅਸੀਂ ਲੱਕੜਾਂ ਲਾ ਦਈਏ, ਉੱਥੇ ਲੱਕੜਾਂ ਲਾ ਦਈਏ, ਕੋਈ ਆਵੇ ਨਾ ਘਰ, ਹੈ ਨਹੀਂ ਤੇ ਕਿਸੇ ਨੇ ਨਾ ਸਾਡੇ ਘਰ ਆਣ ਕੇ ਵੀਡੀਓ ਬਣਾ ਲੈਣੀ। ਪਾਣੀ ਪੂਣੀ ਪੀਣਾ ਵਾ, ਪਾਣੀ ਲਿਆਵਾ। ਮੈਂ ਪਾਣੀ ਨਹੀਂ ਪੀਣਾ, ਮੈਂ ਵੀਡੀਓ ਬਣਾ ਲੈਣੀ। ਪਾਣੀ ਪਾਓ ਆਪਣੇ, ਵੀਡੀਓ ਬਣਾ ਲੈਣੀ, ਠੰਡਾ ਕਰੋ ਆਪਣਾ, ਵੀਡੀਓ ਬਣਾ ਲੈਣੀ ਸਾਡੀ। ਕੋਈ ਨਹੀਂ ਬਣਾਉਂਦਾ ਵੀਡੀਓ, ਨਹੀਂ ਉਹ ਉੱਥੇ ਮੁੰਡਿਆਂ ਨੇ ਬਣਾਈ ਸੀ ਵੀਡੀਓ, ਹੈ ਮੁੰਡਿਆਂ ਨੇ ਵੀਡੀਓ ਬਣਾਈ ਸੀ, ਸਾਡੇ ਪਿੰਡ ਵਾਲੇ ਵੀ ਵੇਂਦੇ ਵੀਡੀਓ ਵੇਂਦੇ ਸਾਰੇ ਹੀ ਵੀਡੀਓ। ਮੇਰੀ ਵੀਡੀਓ ਬਣ ਗਈ, ਮੇਰੀ ਵੀਡੀਓ ਬਣ ਗਈ, 9 ਲੱਖ ਜਾਣੇ ਨੇ ਵੇਖ ਲਈ, 9 ਲੱਖ ਨੇ।